ਮੁਕਤਸਰ ਸਾਹਿਬ ਦੀ ਗੱਲ ਕਰ ਲੈਣੇ ਇੱਕ ਬੜੀ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ ਤੁਹਾਡੀ ਪਾਰਟੀ ਦੇ ਨੁਮਾਇੰਦੇ ਸੀਗੇ ਉਹ ਮੇਰੇ ਪਾਰਟੀ 'ਚ ਇਸ ਤਰ੍ਹਾਂ ਹੀ ਆ ਸੀ ਮੈਂ ਨਹੀਂ ਜਾਣਦਾ ਸੀ ਉਹਨੂੰ ਲੇਕਿਨ ਜਦੋਂ ਮੈਂ ਅਖਬਾਰਾਂ 'ਚ ਪੜ੍ਹੀ ਅਤੇ ਟੀ ਵੀ 'ਤੇ ਦੇਖਿਆ ਮੈਂ ਕਿਹਾ ਇਦੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਜਿਹੜਾ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦਾ ਉਹ ਸਾਨੂੰ ਸਾਡਾ ਕੀ ਕੰਮ ਕਰ ਸਕਦਾ ਇਸ ਕਰਕੇ ਉਹਨੂੰ ਕੱਢਿਆ ਵੀ ਨਾਲ ਵਰਕਰਾਂ ਨੂੰ ਕਿਹਾ ਵੀ ਭਾਈ ਇਹਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਇਹੋ ਜਿਹਾ ਨਾਮ ਹੈ ਜਿਨ੍ਹਾਂ ਦੇ ਨਾਮ 'ਤੇ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਸਿਆਸੀ ਜੋ ਇੱਕ ਗਲੀਅਰਾ ਹੁੰਦਾ ਹੈ ਉਸ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਸਾਡਾ ਸੁਖਦੇਵ ਸਿੰਘ ਟਿੰਡਸਾ ਜੀ ਮੌਜੂਦ ਨੇ ਟਿੰਡਸਾ ਸਾਹਿਬ ਸਭ ਤੋਂ ਪਹਿਲੇ ਜਾਣਨਾ ਚਾਹਾਂਗੇ ਨਵੀਂ ਪਾਰਟੀ ਦਾ ਗਠਨ ਕੀਤਾ ਸੀਗਾ ਅੱਜ ਪਾਰਟੀ ਕਿੱਥੇ ਸਟੈਂਡ ਹੈ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਕਿ ਸਾਨੂੰ ਬੁਲਾਇਆ ਦੇਖੋ ਅਸੀਂ ਇੱਕ ਸਿਧਾਂਤ ਲੈ ਕੇ ਚੱਲੇ ਹਾਂ ਜੋ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ 'ਚ ਬੜੀਆਂ ਕੁਰਬਾਨੀਆਂ ਕੀਤੀਆਂ ਜੇਲ੍ਹਾਂ 'ਚ ਗਏ ਸਾਰਾ ਕੁਛ ਹੋਇਆ ਲੇਕਿਨ ਜਦੋਂ ਅਸੀਂ ਅੰਦਰ ਬੈਠ ਕੇ ਬੜੀ ਕੋਸ਼ਿਸ਼ ਕੀਤੀ ਸਾਲ ਦੋ ਤਿੰਨ ਸਾਲ ਪੂਰਾ ਜ਼ੋਰ ਨਾਲ ਕਿ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਬਾਲ ਸਾਹਿਬ ਨੂੰ ਜਦੋਂ ਮਿਲਦੇ ਸੀ ਕੋਈ ਮੀਟਿੰਗ ਕਰਦੇ ਸੀ ਕਹਿੰਦੇ ਸੀ ਮੇਰਾ ਮੈਂ ਜੱਜ ਬਜਾ ਬਿਠਾਤਾ ਹਾਈਕੋਰਟ ਦਾ ਰਿਟਾਇਰਡ ਐੱਸ ਆਈ ਟੀ ਬਣਾਤੀ ਜਿਹਨੂੰ ਜਿਹੜਾ ਵੀ ਗੁਰਾਗਾਰ ਹੋਊਗਾ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਮੈਂ ਪੂਰੀਆਂ ਸਜ਼ਾਵਾਂ ਦੇਊਂਗਾ ਪਰ ਉਹਨਾਂ ਨੇ ਕੋਈ ਗੱਲ ਹੀ ਨਾ ਕੀਤੀ ਅਤੇ ਫਿਰ ਸਾਨੂੰ ਅਖੀਰ ਨੂੰ ਆ ਕੇ ਇਸ ਕਰਕੇ ਵੀ ਤੁਰਨਾ ਪਿਆ ਕਿ ਕੈਪਟਨ ਨੇ ਵੀ ਕਿਹਾ ਮੈਂ ਬਣਦਿਆਂ ਸਾਰੀ ਕੱਢ ਲੂੰਗਾ ਉਹਨੂੰ ਵੀ ਡੇਢ ਸਾਢੇ ਤਿੰਨ ਸਾਲ ਹੋ ਗਏ ਅਜੇ ਤੱਕ ਉਹਨਾਂ ਨੇ ਵੀ ਕੋਈ ਨਹੀਂ ਕੁਛ ਕੀਤਾ ਇਸ ਕਰਕੇ ਮੈਂ ਸਮਝਦਾ ਕਿ ਇੱਕੋ ਚੀਜ਼ ਦੀ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਸੱਟ ਵੱਜੀ ਉਹ ਹੈ 267 ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਹੀ ਨਹੀਂ ਪਤਾ ਕਿਸੇ ਨੂੰ ਇੱਦੋਂ ਵੱਡੀ ਗੁਨਾਹ ਕੀ ਹੋ ਸਕਦਾ ਕਿੱਥੇ ਨੇ ਕਿੱਥੇ ਨਹੀਂ ਉਹਨਾਂ ਦੀ ਮਨ ਮਰਿਆਦਾ ਰੱਖੀ ਜਾਂਦੀ ਹੈ ਕਿ ਨਹੀਂ ਰੱਖੀ ਜਾਂਦੀ ਫਿਰ 8 ਸਰੂਪ ਜਿਹੜੇ ਅਗਨ ਭੇਟ ਹੋ ਗਏ ਸੀ ਕਿਸੇ ਨੂੰ ਦੱਸਿਆ ਤੱਕ ਨਹੀਂ ਹੁਣ ਆਉਂਦਾ ਅਖਬਾਰਾਂ 'ਚ ਕਿ ਇਲੈਕਸ਼ਨ ਕਰਕੇ ਉਹਨਾਂ ਨੇ ਚੁੱਪ ਕਰਕੇ ਰਾਤ ਨੂੰ ਜਲ ਪ੍ਰਵਾਹ ਕਰਤੇ ਇਸ ਤਰ੍ਹਾਂ ਜਦੋਂ ਅਸੀਂ ਦੇਖਿਆ ਵੀ ਇਹ ਧਾਰਮਿਕ ਤੌਰ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੁਜ਼ੀਸ਼ਨ ਇਹ ਬਣਾਤੀ ਵੀ ਉਹਨੂੰ ਆਪਦੇ ਘਰੇ ਬੁਲਾ ਕੇ ਜੋ ਮਰਜ਼ੀ ਆਰਡਰ ਕਰਾਉਂਦੇ ਨੇ ਸਾਰੇ ਜਥੇਦਾਰਾਂ ਦੀ ਅਤੇ ਉਹ ਦੋਨੋਂ ਥਾਂ 'ਤੇ ਜਥੇਦਾਰ ਅਕਾਲ ਤਖਤ ਹੈ ਜਿਹੜਾ ਹੁਣ ਉਹ ਦਮਦਮ ਸਾਹਿਬ ਵੀ ਟੈਂਪਰੇਰੀ ਹੈ ਅਤੇ ਇੱਥੇ ਵੀ ਟੈਂਪਰੇਰੀ ਹੈ ਉਹ ਦੱਸੋ ਕਿਵੇਂ ਇੰਡੀਪੈਂਡੈਂਟ ਫੈਸਲੇ ਕਰ ਲੂਗਾ ਜੀ ਮਾਨ ਮਰਿਆਦਾ ਅਕਾਲ ਤਖਤ ਸਾਹਿਬ ਵੀ ਦੂਜਾ ਜਿਹੜਾ ਅਕਾਲੀ ਦਲ ਨੂੰ ਜਿਹਨਾਂ ਨੂੰ ਡੈਮੋਕ੍ਰੇਟਿਕ ਢੰਗ ਲਈ ਸਭ ਤੋਂ ਡੈਮੋਕ੍ਰੇਸੀ ਲਈ ਡੈਮੋਕ੍ਰੇਟਿਕ ਲਈ ਸ਼੍ਰੋਮਣੀ ਅਕਾਲੀ ਦਲ ਮਸ਼ਹੂਰ ਸੀ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਕਰਕੇ ਇਹਨੂੰ 500 ਕੁਰਬਾਨੀ ਹੋਈ ਸੀ ਉਸ ਤੋਂ ਬਾਅਦ ਉਦੋਂ ਅਕਾਲੀ ਦਲ ਬਣ ਕੇ 500 ਕੁਰਬਾਨੀਆਂ ਕਰਕੇ ਫਿਰ ਗੁਰੂ ਘਰ ਆਜ਼ਾਦ ਕਰਾਏ ਸੀ ਅੱਜ ਉਵੇਂ ਜਿਵੇਂ ਗੁਰੂ ਘਰਾਂ ਦੇ ਜੋ ਲੁੱਟ ਸੁੱਟ ਹੋ ਰਹੀ ਹੈ ਹਰ ਰੋਜ਼ ਸਕੈਂਡਲ ਆ ਰਹੇ ਨੇ ਅਤੇ ਇਦੋਂ ਵੱਡੀ ਸਿੱਖਾਂ ਲਈ ਹੋਰ ਕੀ ਮਾੜੀ ਗੱਲ ਹੋ ਸਕਦੀ ਹੈ ਇਸ ਕਰਕੇ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਬਾਹਰ ਨਿਕਲ ਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਘਰਾਂ 'ਚ ਬੈਠ ਗਏ ਸੀ ਅਕਾਲੀ ਉਹ ਲੋਕ ਜਿਹੜੇ ਦੂਜੀਆਂ ਪਾਰਟੀਆਂ 'ਚ ਲੈ ਗਏ ਸੀ ਉਹ ਲੋਕ ਜਿਹੜੇ ਨੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਇਹ ਸਮਝਿਆ ਵੀ ਹੁਣ ਅਸੀਂ ਇਹਦੇ 'ਚ ਜਾਣਾ ਹੀ ਸਾਡਾ ਗੁਨਾਹ ਹੈ ਇੰਨੇ ਮਾੜੇ ਕੰਮ ਕਰ ਰਿਹਾ ਉਹਨਾਂ ਸਾਰਿਆਂ ਨੂੰ ਆਵਾਜ਼ ਦਿੱਤੀ ਹੈ ਸਾਡੇ ਨਾਲ ਬਹੁਤ ਇਕੱਠੇ ਹੋਏ ਨੇ ਰੋਜ਼ ਇਕੱਠੇ ਹੋ ਰਹੇ ਨੇ ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜਾ ਸਾਨੂੰ ਇਹ ਸੀ ਵੀ ਅਸੀਂ 6 ਮਹੀਨਿਆਂ 'ਚ ਕਵਰ ਕਰਾਂਗੇ ਉਹ 1 ਮਹੀਨੇ 'ਚ ਹੋ ਗਿਆ ਸਰ ਮੁਕਤਸਰ ਸਾਹਿਬ ਦੀ ਗੱਲ ਕਰ ਲੈਂਦੇ ਇੱਕ ਬੜੀ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ ਤੁਹਾਡੀ ਪਾਰਟੀ ਦੇ ਨੁਮਾਇੰਦੇ ਸੀਗੇ ਉਹ ਮੇਰੇ ਪਾਰਟੀ 'ਚ ਇਸ ਤਰ੍ਹਾਂ ਹੀ ਆ ਸੀ ਮੈਂ ਨਹੀਂ ਜਾਣਦਾ ਸੀ ਉਹਨੂੰ ਇਵੇਂ ਜਿਵੇਂ ਆਇਆ ਉਹਨਾਂ ਨੇ ਕਿਹਾ ਵੀ ਇਹ ਵਧੀਆ ਬੰਦਾ ਅਤੇ ਇਲੈਕਸ਼ਨ ਵੀ ਲੜਿਆ ਸੀ ਕੋਈ ਵੀ ਦਲਿਤ ਭਾਈਚਾਰੇ 'ਚੋਂ ਹੈ ਅਤੇ ਉਹਨੂੰ ਰਲਾਇਆ ਸੀ ਰਲਾ ਲਿਆ ਸੀ ਉਹਨੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਲੇਕਿਨ ਜਦੋਂ ਮੈਂ ਅਖਬਾਰਾਂ 'ਚ ਪੜ੍ਹੀ ਅਤੇ ਟੀ ਵੀ 'ਤੇ ਦੇਖਿਆ ਮੈਂ ਕਿਹਾ ਇਦੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਜਿਹੜਾ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦਾ ਉਹ ਸਾਨੂੰ ਸਾਡਾ ਕੀ ਕੰਮ ਕਰ ਸਕਦਾ ਇਸ ਕਰਕੇ ਉਹਨੂੰ ਕੱਢਿਆ ਵੀ ਨਾਲ ਵਰਕਰਾਂ ਨੂੰ ਕਿਹਾ ਵੀ ਭਾਈ ਇਹਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਤੁਸੀਂ ਹੁਣ ਜਿਸ ਤਰੀਕੇ ਨਾਲ ਆਪਣੀ ਸਫਾਈ ਪੇਸ਼ ਕਰ ਰਹੇ ਨੇ ਕੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਉਹਨਾਂ ਨੂੰ ਵਾਪਸੀ ਹੋ ਸਕੇ ਸਫਾਈ ਹੁਣ ਕਰੀ ਜਾਵੇ ਕਾਨੂੰਨ ਉਹ ਤਾਂ ਉਹਦਾ ਕੰਮ ਹੈ ਅਸੀਂ ਤਾਂ ਆਪਦਾ ਡਿਸੀਜ਼ਨ ਲੈ ਲਿਆ ਹੁਣ ਫਰੀਦਕੋਟ ਵਿੱਚ ਪਹੁੰਚੇ ਹੋ ਇੱਥੇ ਮਿਲੇ ਹੋ ਮੀਟਿੰਗ ਕੀਤੀ ਹੈ ਕੀ ਲੱਗਦਾ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹਾ ਹੁੰਗਾਰਾ ਮਿਲੇਗਾ ਹੁੰਗਾਰਾ ਤਾਂ ਦੇਖੋ ਸਰਦਾਰ ਇੰਦਰਜੀਤ ਸਿੰਘ ਦਾ ਸਿੱਖੋਂ ਸਾਹਿਬ ਦਾ ਬੜਾ ਵੱਡਾ ਨਾਂ ਹੈ ਸਿੱਖ ਸਿਆਸਤ ਵਿੱਚ ਜੋ ਇਹਨਾਂ ਦੀ ਕੁਰਬਾਨੀ ਹੈ ਕੋਈ ਕਰ ਨਹੀਂ ਸਕਦਾ ਜਿੰਨੇ ਸੱਚੇ ਸੁੱਚੇ ਨੇ ਇਹਨਾਂ ਦੀ ਅਸ਼ੀਰਵਾਦ ਲੈਣ ਆਏ ਸੀ ਅਸੀਂ ਬਾਬਾ ਫਰੀਦ ਦਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਅਸ਼ੀਰਵਾਦ ਲਈ ਬਾਬਾ ਫਰੀਦ ਦੀ ਅਸ਼ੀਰਵਾਦ ਲਈ ਉਸ ਤੋਂ ਬਾਅਦ ਇਹਨਾਂ ਦੀ ਅਸ਼ੀਰਵਾਦ ਲਈ ਸਾਨੂੰ ਤਾਂ ਵੱਡੀ ਗੱਲ ਇਹ ਹੈ ਕਿ ਲੋਕ ਸਾਡੇ ਨਾਲ ਤੁਰੇ ਨੇ ਔਰ ਬਹੁਤ ਤੁਰਨ ਨੂੰ ਤਿਆਰ ਨੇ ਲੇਕਿਨ ਅਜੇ ਤੱਕ ਉਹਨਾਂ ਨੂੰ ਇਹ ਹੀ ਹੁੰਦਾ ਜਿਵੇਂ ਹੁਣੀ ਗੱਲ ਕਰ ਰਹੇ ਸੀ ਵੀ ਤੁਸੀਂ ਕਿੰਨਾ ਕੁ ਅਜੇ ਵਧਿਓ ਅਸੀਂ ਵੀ ਹਾਲੇ ਉਹਨਾਂ ਨੂੰ ਛੇੜ ਨਹੀਂ ਰਹੇ ਸਾਨੂੰ ਲੇਕਿਨ ਤਾਕਤ ਲੋਕਾਂ ਦੀ ਸਾਡੇ ਨਾਲ ਖੜੀ ਹੈ
तो टिंसा साहब साढ़े मौजूद सके गल की जाए अज के राजनीतिक समागम जब फरीदकोट में पहुंचे ने इतने मीटिंग की इन्होंने तो एक वधिया हुंगारा मिलने की गल इतने कही गई है। फिलहाल वेखते हैं कि आने वाले दिनों में पार्टी जो है अपना की रंग विखाती है। फरीदकोट तो कैमरा पर्सन राजेश बागड़ी के साथ सूरज प्रकाश, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन चोरा ठगा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 9947 84374 9948। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।